ब्रेक तो बाद एक बार थोड़ा फिर स्वागत है। तुसी देख रहे हो लोक रंग प्रोग्राम। असी गलबात कर रहे सी सलीम जी दे नाल, असी गल कर रहे सी उन्हां दे सफर दी, उस सफर दी जिहड़ा बचपन तो लैके उन्होंने पहला म्यूजियम सैट किया। तुसी कुछ होर भी म्यूजियम सैटअप किए ने पाकिस्तान दे विच? मैं 12 म्यूजियम सैटअप किए ने जी पाकिस्तान विच जी, और उहदे विच कराची दा नैशनल म्यूजियम है जिहदे विच मेरा बहुत सारा काम है। उस तो बाद हड़प्पा म्यूजियम है, मोहनजोदड़ो म्यूजियम है, स्वात म्यूजियम, टैक्सला म्यूजियम बड़ा एह्दे च काम कीता मैं। फिर लाहौर च एक ब्रिटिश म्यूजियम बनिया सी, वह भी मैं डिस्प्ले कीता सी। मैं एक लाहौर च म्यूजियम सैट कीता सी जिहड़ा रजीत सिंह दा म्यूजियम कहलांदा है। उस बिल्डिंग दे विच जिहड़ा कि उहदी रिहायशगाह सी, असीं उसे दे विच ही उहदियां जिहड़ियां नवादरात सन, तलवारां, चाकू, किताबां, कॉइन, सिक्के, सारियां चीज़ां ਉੱਥੇ ਡਿਸਪਲੇ ਕੀਤੀ। ਤੁਸੀਂ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਆਪਣਾ ਘਰ ਸੀ, ਕਮਰਾ ਸੀ ਜਿਹੜਾ, ਉਹਦੇ ਵਿੱਚ ਹੀ ਮਿਊਜ਼ੀਅਮ ਬਣਾਇਆ? ਨਹੀਂ, ਪੂਰੇ ਮਹੱਲੇ 'ਚ, ਪੂਰੇ ਮਹਿਲ ਨੂੰ ਮਿਊਜ਼ੀਅਮ ਕਨਵਰਟ ਕਰ ਦਿੱਤਾ। ਅੱਛਾ। ਅਤੇ ਇਹਦਾ ਇਹ ਸੀ ਦਲੀਪ ਸਿੰਘ ਜਿਹੜਾ ਸੀ, ਉਹਨੂੰ ਲੈ ਗਏ ਸਨ, ਮਲਕਾ ਵਿਕਟੋਰੀਆ ਲੈ ਗਈ ਸੀ ਆਪਣੇ ਨਾਲ, ਅਤੇ ਉਹਦੀਆਂ ਬਹੁਤ ਸਾਰੀਆਂ ਪੇਂਟਿੰਗਸ ਜਿਹੜੀਆਂ ਸਨ, ਔਰ ਜਿਹੜੇ ਸੋਨੇ ਚਾਂਦੀ ਜਵਾਹਰਾਤ ਸਨ ਉਹ ਵੀ ਨਾਲ ਚਲੇ ਗਏ ਸਨ। ਲੇਕਿਨ ਉਹ ਇੱਕ ਵਸੀਅਤ ਜਿਹੜੀ ਸੀ ਉਹ ਕਰ ਗਈ ਸੀ ਕਿ ਬਈ ਮੇਰੇ ਮਰਨ ਤੋਂ ਬਾਅਦ ਇਹ ਚੀਜ਼ਾਂ ਜਿਹੜੀਆਂ ਨੇ ਇਹ ਰਣਜੀਤ ਸਿੰਘ ਦੀ ਜਿੱਥੇ ਰਾਜਧਾਨੀ ਸੀ ਉੱਥੇ ਪਹੁੰਚਾ ਦਿੱਤੀਆਂ ਜਾਣ। ਅਤੇ ਉਹਦਾ ਕੇਸ ਚੱਲਦਾ ਪਿਆ ਸੀ ਪਾਕਿਸਤਾਨ ਦੇ ਨਾਲ, ਇੰਡੀਆ ਦਾ, ਅਤੇ ਫਾਈਨਲੀ ਉਹ ਸਾਨੂੰ ਚੀਜ਼ਾਂ ਜਿਹੜੀਆਂ ਸਨ ਇੰਗਲੈਂਡ ਤੋਂ ਪਾਕਿਸਤਾਨ 'ਚ ਆ ਗਈਆਂ। ਇਤਫਾਕ ਨਾਲ ਉਹਨਾਂ ਦਿਨਾਂ 'ਚ ਮੈਂ ਉੱਥੇ ਸਾਂ, ਮੈਂ ਜੋ ਨਵਾਂ ਨਵਾਂ ਉੱਥੇ ਜੋਬ ਜਦੋਂ ਕੀਤੀ। ਇਹ ਸਨ ਤਾਂ ਮੈਨੂੰ ਯਾਦ ਨਹੀਂ, ਮੈਂ ਸਮਝਣਾ ਸਮਵੇਅਰ ਅਰਾਊਂਡ 64 ਦੀ ਗੱਲ ਹੈ। ਅਤੇ ਉੱਥੇ ਉਹ ਚੀਜ਼ਾਂ ਆਈਆਂ ਅਤੇ ਮੈਨੂੰ ਡਾਇਰੈਕਟਰ ਨੇ ਬੁਲਾ ਕੇ ਆਖਿਆ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਇੱਥੇ ਡਿਸਪਲੇ ਕਰਨੀਆਂ ਨੇ। ਉਸ ਪੂਰੇ ਬਿਲਡਿੰਗ ਨੂੰ ਜਿਹੜਾ ਮਹੱਲ ਸੀ ਦੁਬਾਰਾ ਰੈਨੋਵੇਟ ਕੀਤਾ ਗਿਆ ਔਰ ਇਸੇ ਤਰ੍ਹਾਂ ਦਾ ਬਣਾਇਆ ਗਿਆ ਅੰਦਰੋਂ ਜਿਸ ਤਰ੍ਹਾਂ ਉਹ ਬ੍ਰਾਂਡ ਨਿਊ ਹੁੰਦਾ, ਅਤੇ ਉਹਦੇ ਅੰਦਰ ਸ਼ੋਕੇਸ ਵਗੈਰਾ ਲਗਾ ਕੇ ਅਸੀਂ ਉਹਨੂੰ ਤਿਆਰ ਕੀਤਾ। ਤੁਸੀਂ ਥੋੜ੍ਹਾ ਜਿਹਾ ਤਫਸੀਲ ਨਾਲ ਦੱਸਣਾ, ਡਿਟੇਲ ਨਾਲ ਦੱਸਣਾ ਕਿ ਕਿਹੋ ਜਿਹੀਆਂ ਪੇਂਟਿੰਗ ਸਨ ਜਿਹੜੀਆਂ ਇੰਗਲੈਂਡ ਤੋਂ ਵਾਪਸ ਆਈਆਂ ਸਨ? ਇੱਕ ਇਹਨਾਂ ਦਾ ਸ਼ਾਹੀ ਆਰਟਿਸਟ ਸੀ ਫਰੈਂਚ, ਉਹਦਾ ਨਾਂ ਸੀ ਅਗਸਤੇ ਥਿਓਡਰ। ਉਸ ਆਰਟਿਸਟ ਦੀਆਂ ਬਣੀਆਂ ਹੋਈਆਂ ਸਾਰੀਆਂ ਪੇਂਟਿੰਗ ਸਨ, ਔਰ ਖਾਸੀਆਂ ਵੱਡੀਆਂ ਵੱਡੀਆਂ ਸਨ, 15-15, 20-20 ਫੁੱਟ ਲੰਮੀਆਂ, ਅਤੇ ਉਹਦੇ ਵਿੱਚ ਉਹਦਾ ਦਰਬਾਰ ਲੱਗੇ ਵੀ ਦਿਖਾਏ ਸਨ। ਉਹਦੇ ਵਿੱਚ ਇੱਕ ਪੇਂਟਿੰਗ ਸੀ ਜਿਹੜੀ ਇੱਥੇ ਆਪਣਾ ਇੰਡੀਆ ਦੇ ਵਿੱਚ ਦਰਬਾਰ ਸਾਹਿਬ ਦੀ ਸੀ ਬਣੀ ਹੋਈ, ਮਹਾਰਾਜਾ ਰਣਜੀਤ ਸਿੰਘ ਬੈਠਾ ਹੋਇਆ ਔਰ ਗ੍ਰੰਥ ਪੜ੍ਹਿਆ ਜਾ ਰਿਹਾ ਔਰ ਬੈਠ ਕੇ ਸੁਣ ਰਿਹਾ, ਇਸ ਕਿਸਮ ਦੀਆਂ ਚੀਜ਼ਾਂ ਸਨ। ਔਰ ਨਾਲ ਉਹਦੇ ਰਣਜੀਤ ਸਿੰਘ ਦੇ ਘੋੜੇ ਦਾ ਸਾਜ਼ ਸੀ ਸੋਨੇ ਔਰ ਜਵਾਹਰਾਤ ਦਾ ਬਣਿਆ। ਅੱਛਾ, ਉਹਦਾ ਘੋੜਾ ਔਰ ਉਹਦੇ ਉੱਤੇ ਜਿਹੜਾ ਸਾਜ਼, ਉਹਦਾ ਗੱਦੀ ਅਤੇ ਉਹਦੀ ਜਿਹੜੀ ਕਾਠੀ ਸੀ ਅਤੇ ਲਗਾਮ ਅਤੇ ਹੋਰ ਸਾਰਾ ਕੁਛ, ਉਹਦੇ ਰਕਾਬ ਸੋਨਾ ਲੱਗਾ ਹੋਇਆ ਸੀ, ਉਹਦੀ ਲਗਾਮ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਸੋਨੇ ਦੇ ਫੁੱਲ ਸਨ, ਸੀਨੇ ਦੇ ਉੱਤੇ ਜਿਹੜਾ ਫੁੱਲ ਬਣਿਆ ਸੀ ਉਹਦੇ 'ਚ ਹੀਰੇ ਲੱਗੇ ਹੋਏ ਸਨ, ਇਹ ਉੱਥੋਂ ਆਇਆ ਸੀ, ਇੰਗਲੈਂਡ ਤੋਂ ਵਾਪਸ ਆ ਗਿਆ ਅਤੇ ਐਵੇਂ ਅਸੀਂ ਇੱਕ ਮਸ਼ਵਰਾ ਕੀਤਾ ਕਿ ਕਿਉਂ ਨਾ ਇੱਕ ਘੋੜਾ ਅੱਛਾ ਹੈਲਦੀ ਜਿਹਾ ਲੈ ਕੇ ਅਤੇ ਅਸੀਂ ਉਹਦੇ 'ਚ ਪੁਸ਼ਪ ਭਰਵਾ ਕੇ ਅਤੇ ਉਹਨੂੰ ਦੁਬਾਰਾ ਉਸੇ ਤਰ੍ਹਾਂ ਇੰਤਜ਼ਾਰ ਕੀਤਾ ਜਾਏ ਔਰ ਉਹਦੇ ਉੱਤੇ ਬੜੀ ਸ਼ਾਨ ਸ਼ੌਕਤ ਦੇ ਨਾਲ ਉਹਨੂੰ ਡਿਸਪਲੇ ਕੀਤਾ ਜਾਵੇ। ਸਾਰਾ ਘੋੜੇ ਦਾ ਜਿਹੜਾ ਸਾਜ ਹੈ, ਲਗਾਮ ਉਸਦੀ, ਰਕਾਬ ਉਸਦੀ, ਕਾਠੀ ਉਸਦੀ, ਘੋੜੇ ਦਾ ਇੱਕ ਰੈਪਲੀਕਾ ਬਣਾ ਕੇ ਉਹਨੂੰ ਟੈਕਸੀਡਰਮੀ ਕਰਕੇ ਉਹਦੇ ਉੱਤੇ ਸਾਰਾ ਸਾਜੋ ਸਮਾਨ ਲਗਾ ਕੇ ਉੱਦਾਂ ਹੀ ਡਿਸਪਲੇ ਕੀਤਾ, ਕੈਸੇ ਚੁਣ ਰੱਖਿਆ ਗਿਆ, ਅਤੇ ਉਹ ਬੜੀ ਖੂਬਸੂਰਤ ਇੱਕ ਚੀਜ਼ ਬਣੀ ਔਰ ਆਉਣ ਵਾਲੇ ਉਹਨੂੰ ਬੜਾ ਦੇਖਦੇ ਸਨ ਜੀ ਉਹ ਕਿ ਉਹਦੀ ਸ਼ਾਨ ਸ਼ਹਿਨਸ਼ਾਹੀਅਤ ਵਿੱਚ ਕਿੰਨਾ ਉਹ ਖੂਬਸੂਰਤ ਚੀਜ਼ ਬਣੀ। ਉਹਦੇ ਘੋੜੇ ਦੇ ਬਾਰੇ ਦੱਸੋਗੇ ਕਿ ਕੋਈ ਵੀ ਮਰਿਆ ਹੋਇਆ ਘੋੜਾ ਚੁੱਕ ਲਿਆ ਜਾਂ ਤੁਸੀਂ ਕਿੱਦਾਂ? ਨਹੀਂ ਨਹੀਂ, ਉਹ ਅਸੀਂ ਰਿਕੁਐਸਟ ਕੀਤੀ ਸੀ ਆਰਮੀ ਵਾਲਿਆਂ ਨੂੰ ਕਿ ਸਾਨੂੰ ਕੋਈ ਐਸਾ ਘੋੜਾ ਸਫੇਦ ਰੰਗ ਦਾ ਅਗਰ ਕੋਈ ਨਕਾਰਾ ਹੋ ਜਾਏ ਅਤੇ ਉਹਨੂੰ ਉਮੂਮਨ ਗੋਲੀ ਮਾਰ ਦਿੰਦੇ ਨੇ ਅਤੇ ਉਹ ਸਾਨੂੰ ਦੇ ਦਿੱਤਾ ਜਾਏ ਅਤੇ ਅਸੀਂ ਉਹਨੂੰ ਦੁਬਾਰਾ ਭਰ ਕੇ ਅਤੇ ਉਹਨੂੰ ਤਿਆਰ ਕਰਾਂਗੇ। ਉਹ ਫਿਰ ਇੱਕ ਦਫਾ ਸਾਨੂੰ ਇਤਲਾਹ ਆਈ ਕਿ ਘੋੜਾ ਜਿਹੜਾ ਸਾਡੇ ਕੋਲ ਸਫੇਦ ਰੰਗ ਦਾ ਹੈ ਚੱਲ ਵਸਿਆ ਅਤੇ ਉਹਨੂੰ ਤੁਸੀਂ ਲੈ ਲਓ, ਅਤੇ ਅਸੀਂ ਲਿਆ ਕੇ ਅਤੇ ਇੱਕ ਬੰਦਾ ਸੀ ਜਿਹੜਾ ਕਿ ਇਸ ਕੰਮ ਨੂੰ ਜਾਣਦਾ ਸੀ
ਉਹਨੂੰ ਬੁਲਾਇਆ ਅਤੇ ਉਹਦੇ ਨਾਲ ਮਿਲ ਕੇ ਅਸੀਂ ਕੰਮ ਕੀਤਾ ਔਰ ਉਹਨੂੰ ਤਿਆਰ ਕੀਤਾ। ਅੱਛਾ। ਅਤੇ ਉਸ ਘੋੜੇ ਨੂੰ ਬੜਾ ਸ਼ਾਨਦਾਰ ਉਹ ਘੋੜਾ ਅਸੀਂ ਬਣਿਆ, ਉਹਦੇ 'ਤੇ ਉਹ ਸਾਰਾ ਸਾਜ਼ੋ ਸਮਾਨ ਰੱਖਿਆ। ਅਤੇ ਇੱਕ ਵਕਤ 'ਚ ਆ ਕੇ ਅਤੇ ਕਿਸੇ ਨੇ ਇਹ ਸੋਚ ਕੇ ਵੀ ਸੋਨਾ ਔਰ ਹੀਰੇ ਜਵਾਹਰਾਤ ਨੇ, ਅਤੇ ਉੱਥੇ ਮਿਊਜ਼ੀਅਮ 'ਚ ਡਾਕਾ ਪਿਆ। ਅੱਛਾ। ਅਤੇ ਉਹ ਲੋਕ ਚੋਰੀ ਕਰਕੇ ਲੈ। ਬੜੀ ਇੰਟਰਸਟਿੰਗ ਕਹਾਣੀ ਹੈ ਕਿ ਮਿਊਜ਼ੀਅਮ ਦੇ ਵਿੱਚ ਡਾਕਾ ਪੈ ਗਿਆ ਔਰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਘੋੜਾ ਤੁਸੀਂ ਬਣਾਇਆ ਸੀ ਉਹਦਾ ਜਿਹੜਾ ਉੱਪਰ ਗਹਿਣੇ ਸੀਗੇ ਸਾਜੋ ਸਮਾਨ ਸੀ ਚੋਰੀ ਹੋ ਗਿਆ। ਅੱਛਾ, ਇਹ ਬੜੀ ਕਮਾਲ ਦੀ ਗੱਲ ਹੈ ਜੀ, ਇਹਦੇ ਬਾਰੇ ਤਫਸੀਲ ਨਾਲ ਦੱਸਣਾ ਤੁਸੀਂ। ਉਹ ਜਿਸ ਲਈ ਲੈ ਗਏ ਉਹਨੂੰ, ਅਤੇ ਘੋੜਾ ਜਿਹੜਾ ਉਹ ਜ਼ਾਹਿਰ ਹੈ ਛੱਡ ਗਏ, ਉਹਨਾਂ ਨੇ ਕੀ ਲਿਜਾਣਾ ਸੀ। ਅਤੇ ਉਹ ਸ਼ੋਕੇਸ ਦੇ ਵਿੱਚ ਘੋੜਾ ਜਿਹੜਾ ਨਾ ਉਸੇ ਤਰ੍ਹਾਂ ਸਜਿਆ ਰਿਹਾ। ਅੱਛਾ। ਅਤੇ ਮੈਂ ਆਪ ਕੋਈ ਮੇਰਾ ਲਈ 20 ਸਾਲ ਤੋਂ ਬਾਅਦ ਗਿਆ ਉੱਥੇ, ਅਤੇ ਮੈਂ ਆਪਣੀ ਵਾਈਫ ਦੇ ਨਾਲ ਮਿਊਜ਼ੀਅਮ ਦੇਖਣ ਲਈ ਗਿਆ, ਅਤੇ ਜਿਹੜੇ ਉੱਥੋਂ ਦੇ ਸਨ ਗਾਈਡ ਸਨ ਅੰਦਰ ਮਿਊਜ਼ੀਅਮ ਦੇ, ਉਹ ਮੈਨੂੰ ਗਾਈਡ ਕਰ ਰਿਹਾ ਹੈ। ਉਹਨੂੰ ਨਹੀਂ ਪਤਾ ਕਿ ਮੈਂ ਕੌਣ ਆ, ਕਿ ਮੈਂ ਹੀ ਹਾਂ ਬੰਦਾ ਜਿਹਨੇ ਇਹ ਬਣਾਇਆ। ਅਤੇ ਉਹ ਮੈਨੂੰ ਦੱਸ ਰਿਹਾ ਜੀ ਇਹ ਘੋੜਾ ਰਣਜੀਤ ਸਿੰਘ ਦਾ, ਇਹ ਸਾਡੇ ਕੋਲ ਇੱਥੇ ਪਿਆ ਹੈ। ਅਤੇ ਮੈਂ ਬੜੀ ਹੈਰਾਨੀ ਨਾਲ ਉਹਦੇ ਵੱਲ ਜਿਹੜੇ ਦੇਖਿਆ ਅਤੇ ਉਹ ਥੋੜ੍ਹਾ ਜਿੰਨਾ ਘਬਰਾ ਆ ਗਿਆ। ਫਿਰ ਮੈਂ ਉਹਨੂੰ ਦੱਸਿਆ, ਮੈਂ ਕਿਹਾ ਵੀ ਮੈਂ ਇਸ ਮਹਿਕਮੇ 'ਚ ਕੰਮ ਕਰਦਾ ਸਾਂ, ਅਤੇ ਮੈਂ ਇਹ ਮਿਊਜ਼ੀਅਮ ਸਾਰਾ ਮੈਂ ਡਿਸਪਲੇ ਕੀਤਾ ਸੀ, ਅਤੇ ਉਹਦੇ ਇੱਕ ਰੰਗ ਆਏ ਅਤੇ ਇੱਕ ਰੰਗ ਜਾਏ। ਅਤੇ ਉਹ ਹੁਣ ਘੋੜਾ ਜਿਹੜਾ ਸਾਸ 'ਤੇ ਚਲਾ ਗਿਆ, ਜਿਹੜੀ ਅਸਲੀ ਚੀਜ਼ ਸੀ ਉਹ ਹੁਣ ਉਹ ਘੋੜਾ ਰਣਜੀਤ ਸਿੰਘ ਦਾ ਬਣ ਕੇ ਰਹਿ ਗਿਆ। ਤੁਸੀਂ ਇੱਕ ਬਹੁਤ ਵਧੀਆ ਕਹਾਣੀ ਦੱਸ ਰਹੇ ਸੀਗੇ ਕਿ ਪਹਿਲਾਂ ਘੋੜੇ ਉੱਥੇ ਲਿਖਿਆ ਹੁੰਦਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਘੋੜੇ ਦੇ ਸਾਜ ਜਾਂ ਉਸਦੇ ਗਹਿਣੇ। ਹਾਂ, ਸੋਨੇ ਔਰ ਹੀਰੇ ਜਵਾਹਰਾਤ ਕੇ ਉਸਕੀ ਲਗਾਮ ਔਰ ਸਾਜ਼ੋ ਸਮਾਨ, ਅਤੇ ਹੁਣ ਉੱਥੇ ਲਿਖਿਆ ਹੋਇਆ ਸੀ ਰਣਜੀਤ ਸਿੰਘ ਦਾ ਘੋੜਾ। ਮਹਾਰਾਜਾ ਰਣਜੀਤ ਸਿੰਘ ਦਾ ਸਿਰਫ ਸਫੇਦ ਘੋੜਾ ਰਹਿ ਗਿਆ, ਬਾਕੀ ਸਾਰਾ ਕੁਛ ਚੋਰ ਲੈ ਗਏ। ਅੱਛਾ, ਇਹ ਬਹੁਤ ਹੀ ਕਮਾਲ ਦਾ ਵਾਕਿਆ ਹੈ ਜੀ ਕਿ ਸਾਡੇ ਮੁਲਕਾਂ ਦੇ ਵਿੱਚ ਐਸਾ ਵੀ ਕੁਛ ਹੁੰਦਾ ਹੈ ਕਿ ਵੱਡੇ ਵੱਡੇ ਮਹਾਰਾਜਿਆਂ ਦੇ ਉਹਨਾਂ ਦੀ ਜਦੋਂ ਉਹ ਨਹੀਂ ਹੁੰਦੇ ਤਾਂ ਉਹਨਾਂ ਦੇ ਘੋੜੇ ਅਤੇ ਸਮਾਨ ਵੀ ਚੋਰੀ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਤਾਂ ਅੰਗਰੇਜ਼ਾਂ ਨੇ ਉਹ ਸਾਰਾ ਕੁਛ ਧੱਕੇ ਨਾਲ ਜਾਂ ਚੋਰੀ ਨਾਲ ਲੈ ਗਏ, ਉਸ ਤੋਂ ਬਾਅਦ ਆਪਣੇ ਲੋਕਾਂ ਨੇ ਘੋੜੇ ਦੇ ਜਿਹੜੇ ਸਾਰਾ ਸਮਾਨ ਸੀ ਉਹ ਵੀ ਡਾਕਾ ਮਾਰ ਕੇ ਚੋਰੀ ਕਰਕੇ ਲੈ ਗਏ। ਅੱਛਾ, ਇਹ ਬੜੀ ਸਾਡੇ ਲਈ ਇੱਕ ਬੜੀ ਮਾੜੀ ਗੱਲ ਹੈ ਸਾਡੇ ਮੁਆਸ਼ਰੇ ਲਈ, ਸਾਡੇ ਲੋਕਾਂ ਲਈ, ਕਿ ਜਿਹੜਾ ਇੱਦਾਂ ਦੇ ਵਾਕਿਆ ਸਾਡੇ ਨਾਲ ਹੁੰਦੇ ਰਹਿੰਦੇ ਆ। ਕਈ ਵਾਰੀ ਮੈਂ ਸੋਚਦਾ ਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਇੰਨਾ ਸਾਰਾ ਸਾਜੋ ਸਮਾਨ ਜਿਹੜਾ ਕਿ ਅੰਗਰੇਜ਼ ਲੈ ਗਏ, ਲੇਕਿਨ ਬਹੁਤ ਸਾਰਾ ਕੁਛ ਸਮਾਨ ਐਸਾ ਵੀ ਹੋਏਗਾ ਜਿਹੜਾ ਉੱਥੇ ਵੀ ਪਿਆ ਹੋਏਗਾ। ਨਹੀਂ, ਬਹੁਤ ਹੈ, ਤਲਵਾਰਾਂ ਨੇ, ਕਿਤਾਬਾਂ ਨੇ, ਉਹਦੇ ਕੱਪੜੇ ਨੇ ਬਹੁਤ ਸਾਰੇ, ਉਹ ਡਿਸਪਲੇ ਨੇ ਮਿਊਜ਼ੀਅਮ ਦੇ ਵਿੱਚ, ਔਰ ਉਹਦਾ ਇੱਕ ਸੋਨੇ ਦਾ ਮੂੜਾ ਜਿਹੜਾ ਕੁਰਸੀ ਜਿਹਦੇ 'ਤੇ ਉਹ ਬੈਠਦਾ ਸੀ, ਉਹ ਪਿਛਲੇ ਦਿਨਾਂ ਡਿਸਪਲੇ ਵਾਸਤੇ ਇੰਗਲੈਂਡ ਲੰਡਨ ਮਿਊਜ਼ੀਅਮ ਵਿੱਚ ਗਿਆ ਹੋਇਆ ਸੀ, ਅਤੇ ਉਹ ਵੀ ਲਾਹੌਰ ਮਿਊਜ਼ੀਅਮ ਦੇ ਵਿੱਚ ਡਿਸਪਲੇ ਹੁੰਦਾ। ਮੇਰੇ ਕਹਿਣ ਦਾ ਮਤਲਬ ਇਹ ਸੀ, ਜਿੱਦਾਂ ਤੁਸੀਂ ਗੱਲ ਦੱਸ ਰਹੇ ਸੀ ਕਿ ਜਿਹੜੀਆਂ ਚੀਜ਼ਾਂ ਅੰਗਰੇਜ਼, ਗੋਰੇ, ਬ੍ਰਿਟਿਸ਼, ਸਿੱਖ ਸਾਮਰਾਜ ਦੀਆਂ ਆਪਣੇ ਨਾਲ ਲੈ ਗਏ, ਉਹ ਚੀਜ਼ਾਂ ਹੁਣ ਉਹਨਾਂ ਨੇ ਕਿਤੇ ਨਾ ਕਿਤੇ, ਚਾਹੇ ਉਹ ਪੇਂਟਿੰਗ ਸੀਗੀਆਂ, ਚਾਹੇ ਮਹਾਰਾਜਾ ਰਣਜੀਤ ਸਿੰਘ ਦੀ ਚੇਅਰ ਸੀ ਸੋਨੇ ਦੀ ਬਣੀ ਹੋਈ, ਚਾਹੇ ਹੋਰ ਆਰਟੀਕਲ ਸੀ, ਕਿਸੇ ਨਾ ਕਿਸੇ ਮਿਊਜ਼ੀਅਮ ਦੇ ਵਿੱਚ ਪਏ ਹੋਏ ਨੇ, ਤੁਸੀਂ ਦੇਖ ਸਕਦੇ ਹੋ। ਪਰ ਮੈਨੂੰ ਯਕੀਨ ਹੈ ਕਿ ਜਿਹੜਾ ਘੋੜੇ ਤੋਂ ਸਾਜੋ ਸਮਾਨ ਚੋਰੀ ਹੋਇਆ ਸੀਗਾ ਉਹ ਸਾਡੇ ਲੋਕਾਂ ਨੇ ਡਿਸਟਰੋਏ ਕਰਤਾ ਹੋਏਗਾ, ਕਿਤੇ ਨਹੀਂ ਰੱਖਿਆ ਹੋਏਗਾ। ਇਹ ਸਾਡੀ ਬੜੀ ਵੱਡੀ ਤ੍ਰਾਸਦੀ ਹੈ ਕਿ ਸਾਨੂੰ ਨਹੀਂ ਪਤਾ ਕਿ ਉਹ ਚੀਜ਼ਾਂ ਕਿੰਨੀਆਂ ਵੈਲਿਊਏਬਲ ਹੋ ਸਕਦੀਆਂ ਨੇ ਬਾਅਦ ਵਿੱਚ ਜਾ ਕੇ। ਸਲੀਮ ਜੀ, ਤੁਹਾਡੇ ਨਾਲ ਬਹੁਤ ਵਧੀਆ ਗੱਲਾਂ ਹੋ ਰਹੀਆਂ ਨੇ, ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ 'ਚ ਬੜਾ ਕੁਝ ਦੱਸਿਆ, ਉਹਨਾਂ ਦੇ ਘੋੜੇ ਦੇ ਬਾਰੇ 'ਚ ਦੱਸਿਆ, ਉਸ ਮਿਊਜ਼ੀਅਮ ਦੇ ਬਾਰੇ ਦੱਸਿਆ। ਅਗਲੀ ਜਾਣਕਾਰੀ ਜਿਹੜੀ ਹੈ ਅਸੀਂ ਤੁਹਾਡੇ ਤੋਂ ਲੈਂਦੇ ਹਾਂ, ਲੇਕਿਨ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।